ਏ ਟੂ ਜ਼ੈਡ ਹਰਿਆਣਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਸੋਨੂੰ ਦਲਾਲ ਕੇ ਰਾਮ ਰਾਮ। ਉਚਿਆਣਾ ਉਪ ਮੰਡਲ ਮੈਂ ਫਿਲਹਾਲ ਆਪਾਂ ਮੌਜੂਦ ਹਾਂ ਔਰ ਕੱਲ੍ਹ 13 ਤਾਰੀਖ ਯਾਨੀ 13 ਦਸੰਬਰ 2023 ਉਸ ਤੋਂ 22 ਸਾਲ ਪਿੱਛੇ ਜਾਵਾਂ ਯਾਨੀ 13 ਦਸੰਬਰ ਸਨ 2001 ਮੈਂ ਸੰਸਦ ਹਮਲਾ ਹੋਇਆ ਬਹੁਤ ਸਾਰੀ ਮੌਤ ਵੀ ਹੋਈ ਸੀ ਉਸ ਟਾਈਮ ਪਰ ਆਪਣਾ ਉਹ ਪੂਰਾ ਮਾਮਲਾ ਸੁਣਿਆ ਵੀ ਹੋਗਾ ਦੇਖਿਆ ਨਹੀਂ ਹੋਗਾ ਤਾਂ ਸੁਣਿਆ ਜ਼ਰੂਰ ਹੋਗਾ ਯਾਨੀ ਕੱਲ੍ਹ 22ਵੀਂ ਬਰਸੀ ਵੀ ਸੀ ਔਰ ਕੱਲ੍ਹ ਜਿਸ ਤਰੀਕੇ ਤੇ ਇੱਕ ਪੂਰਾ ਘਟਨਾਕ੍ਰਮ ਹੋਇਆ ਸੰਸਦ ਮੈਂ ਯਾਨੀ ਦੋ ਆਦਮੀ ਅੰਦਰ ਘੁਸੇ ਔਰ ਜੋ ਰੰਗੀਨ ਜੋ ਪਟਾਕੇ ਥੇ ਜਿਨ ਬਤ ਰੰਗੀਨ ਧੁੰਮਾ ਲਕੜਾ ਥਾ ਉਹ ਛੋਡੇ ਗਏ ਸੰਸਦ ਕੇ ਅੰਦਰ ਵੀ ਔਰ ਦੋ ਬੈਰ ਬਾਹਰ ਥੇ ਉਨਮੇਂ ਇੱਕ ਲੜਕਾ ਇੱਕ ਲੜਕੀ ਲੜਕੀ ਗਸੋਗਾਮ ਕੀ ਯਾਨੀ ਗਸੋ ਜੋ ਉਚਾਣਾ ਹਲਕਾ ਮਾਓ ਹੈ ਜਿਨ ਜ਼ਿਲ੍ਹਾ ਮਾਓ ਹੈ ਪੂਰਾ ਘਟਨਾਕ੍ਰਮ ਹੋਇਆ ਔਰ ਪੂਰੀ ਦੇਸ਼ ਕੀ ਨੈਸ਼ਨਲ ਮੀਡੀਆ ਪਰ ਟੀਵੀ ਪਰ ਹਰ ਜਗ੍ਹਾ ਇਸੇ ਚੀਜ਼ ਕਾ ਚਰਚਾ ਹੈ ਔਰ ਇਸ ਉਚਾਣਾ ਤਹਿਸੀਲ ਕੀ ਅਗਰ ਆਪਾਂ ਬਾਤ ਕਰਾਂ ਤਾਂ ਕਿਸਾਨ ਅੰਦੋਲਨ ਕੇ ਬਾਅਦ ਲਗਾਤਾਰ ਹੀ ਧਰਨਾ ਚੱਲਣ ਲੱਗ ਰਿਹਾ ਹੈ ਸਾਲ ਭਰ ਤੋਂ ਜ਼ਿਆਦਾ ਮੇਰੇ ਖਿਆਲ ਮੈਂ ਟਾਈਮ ਹੋ ਗਿਆ ਔਰ ਆਜ਼ਾਦ ਪਾਲਵਾਂ ਹਜ਼ਿਨ ਕੀ ਅਧਿਕਸ਼ਤਾ ਮੈਂ ਯੂ ਧਰਨਾ ਚੱਲਣ ਲੱਗ ਰਿਹਾ ਹੈ ਤਾਂ ਆਜ਼ਾਦ ਜੀ ਰਾਮ 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 ਜੀ ਆਪਕੋ ਔਰ ਆਪਕੇ ਦਰਸ਼ਕੋਂ ਕੋ ਰਾਮ ਰਾਮ। ਕੱਲ੍ਹ ਜੋ ਘਟਨਾ ਹੋਈ ਉਸਕਾ ਬਾਰੇ ਮੈਂ ਯਾਨੀ ਕਿਸਾਨ ਯਾਨੀ ਕਿਸਾਨ ਅੰਦੋਲਨ ਹੈ ਉਸਕੇ ਬਾਅਦ ਜੋ ਕਿਸਾਨ ਨੇਤਾ ਕਹਿ ਲਿਓ ਯਾਨੀ ਕਿਸਾਨਾਂ ਕੇ ਜੋ ਚਿਹਰੇ ਥੇ ਸਭਸੇ ਪਹਿਲੇ ਨੈਸ਼ਨਲ ਮੀਡੀਆ ਪਰ ਆਪਕੀ ਬਾਈਟ ਚੱਲ ਰਹੀ ਹੈ ਯਾਨੀ ਕੱਲ੍ਹ ਜੋ ਪੂਰਾ ਵਾਕਿਆ ਹੋਇਆ ਘਟਨਾਕ੍ਰਮ ਹੋਇਆ ਆਪਕੇ ਕਹਿਣਾ ਚਾਹੋਗੇ ਉਸ ਪਰ। ਹਮ ਤੋ ਯਹੀ ਕਹਿਣਾ ਚਾਹਤੇ ਹੈ ਕਿ ਜੋ ਦੇਖੋ ਸੰਸਦ ਪਰ ਹਮਲਾ ਹੋਣਾ ਬਿਲਕੁਲ ਹਮ ਵੀ ਗਲਤ ਮਾਨਤੇ ਹੈ। ਸੰਸਦ ਹਮਾਰੇ ਲਈ ਪਵਿੱਤਰ ਸਥਲ ਹੈ, ਉਹ ਮੰਦਿਰ ਕੇ ਸਮਾਨ ਹੈ, ਲੇਕਿਨ ਜੋ ਬੇਟੀ ਨੀਲਮ ਕੋ ਗ੍ਰਿਫਤਾਰ ਕੀਆ ਗਿਆ ਹੈ ਵੋ ਵੀ ਗਲਤ ਹੈ। UAPA ਧਾਰਾ ਲਗਾਉਣੀ ਔਰ ਇਸ ਪ੍ਰਕਾਰ ਕੇ ਸੰਗੀਨ ਮਾਮਲੇ ਦਰਜ ਕਰਨਾ, ਕਿਉਂਕਿ ਉਸ ਬੇਟੀ ਨੇ ਕੋਈ ਯੁਵਾਓਂ ਕੇ ਹੱਕ ਮੇਂ ਆਵਾਜ਼ ਉਠਾਣੇ ਕਾ ਕਾਮ ਕੀਆ ਹੈ ਔਰ ਜੋ ਦੇਸ਼ ਕੇ ਅੰਦਰ ਤਾਨਾਸ਼ਾਹੀ ਚੱਲ ਰਹੀ ਹੈ ਉਸਕੇ ਖਿਲਾਫ਼ ਉਸਨੇ ਬੋਲਣੇ ਕਾ ਕਾਮ ਕੀਆ ਹੈ ਔਰ ਕਿਸਾਨ ਮਜ਼ਦੂਰੋਂ ਕੀ ਮਾਂਗੋ ਕੋ ਜੋ ਨਹੀਂ ਸੁਣਿਆ ਜਾ ਰਿਹਾ, ਸਮੱਸਿਆਓਂ ਕੋ ਕਾ ਨਿਦਾਨ ਸਰਕਾਰ ਕਰਨੇ ਕਾ ਕਾਮ ਕਰੇ, ਕਿਸਾਨ ਮਜ਼ਦੂਰ ਕੀ ਮਾਂਗੋ ਕੋ ਸੁਣਿਆ ਜਾਏ, ਯਹੀ ਤਾਂ ਉਸਨੇ ਬੋਲਿਆ, ਨਾਰੇ ਲਗਾਏ ਹੈ ਔਰ ਆਪਣਾ ਵਿਰੋਧ ਪ੍ਰਦਰਸ਼ਨ ਕਰਿਆ। ਪ੍ਰਜਾਤੰਤਰ ਕੇ ਅੰਦਰ ਵਿਰੋਧ ਕਰਨਾ ਕੋਈ ਗਲਤ ਕਾਮ ਨਹੀਂ ਹੈ, ਲੇਕਿਨ ਸਰਕਾਰੇ ਆਵਾਜ਼ ਕੋ ਦਬਾਉਣਾ ਚਾਹਤੀ ਹੈ ਲਾਠੀ ਗੋਲੀ ਕਾ ਔਰ ਸੰਗੀਨ ਅਪਰਾਧ ਮੁਕਦਮੇ ਦਰਜ ਕਰਕੇ, ਲੇਕਿਨ ਹਮ ਸਰਕਾਰ ਸੇ ਕਹਿਣਾ ਚਾਹਤੇ ਕਿ ਉਸ ਬੇਟੀ ਨੀਲਮ ਕੋ ਜਲਦੀ ਸੇ ਜਲਦੀ ਰਿਹਾ ਕਰਨੇ ਕਾ ਕਾਮ ਕਰੇ, ਵਰਨਾ ਅੱਜ ਹਮਨੇ ਯਹਾਂ ਪਰ ਮੀਟਿੰਗ ਬੁਲਾਈ ਹੈ ਸਭੀ ਕੀ ਸਲਾਹ ਮਸ਼ਵਰਾ ਕਰਕੇ ਜੋ ਵੀ ਫੈਸਲਾ ਹੋਗਾ ਉਸੀ ਕੇ ਅਨੁਰੂਪ ਆਗੇ। ਕਿਸਕੀ ਮੀਟਿੰਗ ਆਪਣੇ ਬੁਲਾਈ ਹੈ? ਦੇਖੋ ਹਮਨੇ ਖਾਬ ਪੰਚਾਇਤੋਂ ਕੇ ਲੋਕੋਂ ਕੋ ਬੁਲਾਇਆ ਹੈ, ਪ੍ਰਧਾਨੋਂ ਕੋ ਬੁਲਾਇਆ ਹੈ ਔਰ ਜੋ ਕਿਸਾਨ ਸੰਗਠਨੋਂ ਕੋ ਆਗੂ ਨੇਤਾ ਜਿਨ ਜ਼ਿਲ੍ਹਾ ਕੇ ਉਨਕੋ ਬੁਲਾਣੇ ਕਾ ਕਾਮ। ਆਪਣਾ ਕਿਹਾ ਕਿ ਵੇ ਪ੍ਰਦਰਸ਼ਨ ਕਰਨਾ ਯਾਨੀ ਪ੍ਰੋਟੈਸਟ ਕਰਨਾ ਸਭ ਕਾ ਅਧਿਕਾਰ ਹੈ ਇਸ ਸੁਤੰਤਰ ਦੇਸ਼ ਮੈਂ, ਲੇਕਿਨ ਕਿਸਾਨ ਅੰਦੋਲਨ ਵੀ ਚੱਲਿਆ 379 ਦਿਨ, ਆਪ ਲੋਕਾਂ ਨੇ ਵੀ ਧਰਨੇ ਪ੍ਰਦਰਸ਼ਨ ਕਰਿਆ, ਆਪ ਲੋਕਾਂ ਨੇ ਪ੍ਰੋਟੈਸਟ ਵੀ ਕਰਿਆ ਹੈ, ਲੇਕਿਨ ਕਦੇ ਵੀ ਕਿਸੇ ਵੀ ਕਿਸਾਨ ਨੂੰ ਕੋਈ ਤੋੜ ਫੋੜ ਜਾਂ ਕੋਈ ਮਤਲਬ ਫੈਂਕਣਾ ਇਸ ਤਰੀਕੇ ਕੀ ਪ੍ਰਦਰਸ਼ਨ ਸਹੀ ਹੈ, ਲੇਕਿਨ ਜੋ ਪਟਾਖੇ ਫੋੜੇ ਗਏ ਜਿਨ ਮੈਂ ਤਾਂ ਰੰਗੀਨ ਧੁੰਮਾ ਲਕੜਿਆ ਆਪਣਾ ਦੇਖਿਆ ਵੀ ਹੋਗਾ ਸੰਸਦ ਕੇ ਅੰਦਰ ਵੀ ਬਾਹਰ ਵੀ, ਉਹ ਕਿਤਨਾ ਸਹੀ ਮੰਨ? ਦੇਖੋ ਇਹ ਤਾਂ ਬਾਤ ਮੈਂ ਕਈ ਪਹਿਲੇ ਕਹੀ ਹੈ ਕਿ ਜੋ ਸੰਸਦ ਕੇ ਅੰਦਰ ਜਿਨ ਲੋਕੋਂ ਨੇ ਹਮਲਾ ਕੀਆ ਉਹ ਬਿਲਕੁਲ ਗਲਤ ਕੀਆ। ਸੰਸਦ ਕੇ ਬਾਹਰ ਬਾਹਰ ਸੇ ਇਸ ਬੇਟੀ ਨੀਲਮ ਕੋ ਤਾਂ ਬਾਹਰ ਸੇ ਪਕੜਿਆ ਗਿਆ, ਹਮ ਆਵਾਜ਼ ਉਠਾ ਰਹੇ ਹੈ ਬੇਟੀ ਨੀਲਮ ਕੀ ਔਰ ਉਸਕੀ ਹਮਨੇ ਵੀਡੀਓ ਵੀ ਦੇਖੀ ਹੈ, ਜੋ ਉਸਨੇ ਬੋਲਿਆ ਹੈ, ਜੋ ਉਸਨੇ ਆਵਾਜ਼ ਕੋ ਬੁਲੰਦ ਕੀਆ ਹੈ ਯੁਵਾਓਂ ਕੋ ਲੈ ਕਰ, ਉਸਨੇ ਕਿਹਾ ਕਿ ਯੁਵਾ ਬੇਰੁਜ਼ਗਾਰੀ ਸੇ ਤਰਸਤ ਹੈ, ਇਹ ਬਿਲਕੁਲ ਸਹੀ ਹੈ। ਦੇਸ਼ ਕੇ ਪ੍ਰਧਾਨ ਮੰਤਰੀ ਨੇ ਝੂਠਾ ਵਾਅਦਾ ਕੀਆ ਥਾ ਕਿ 2 ਕਰੋੜ ਯੁਵਾਓਂ ਕੋ ਰੁਜ਼ਗਾਰ ਦੇਣੇ ਕਾ ਕਾਮ ਕਰੂੰਗਾ, ਤੋ ਕਿਆ ਉਸਨੇ 2 ਕਰੋੜ ਯੁਵਾਓਂ ਕੋ ਨੌਕਰੀ ਦੇਈ? ਆਪ ਦੇਖੀਏ ਦਿੱਲੀ ਪੁਲਿਸ ਕੀ ਪਿੱਛੇ ਵੈਕੈਂਸੀ ਨਿਕਲੀ ਥੀ, 35 ਲੱਖ ਯੁਵਾਓਂ ਨੇ ਪੇਪਰ ਦੇਣੇ ਕਾ ਕਾਮ ਕੀਆ ਹੈ ਔਰ ਅਗਰ ਹਰਿਆਣਾ ਕੀ ਬਾਤ ਕਰੇ ਤੋ 14 ਲੱਖ ਯੁਵਾਓਂ ਨੇ 4th ਕਲਾਸ ਕੇ ਲੀਏ ਪੇਪਰ ਦੇਣੇ ਕਾ ਕਾਮ ਕੀਆ ਹੈ, ਜਿਸ ਕੀ ਕੁਆਲੀਫਿਕੇਸ਼ਨ ਦੇਖੀਏ MPhil ਹੈ, PhD ਹੈ, LLB ਹੈ, LLM ਹੈ, ਤੋ ਬੇਰੁਜ਼ਗਾਰੀ ਇਸ ਹੱਦ ਪਰ ਪਹੁੰਚ ਗਈ ਹੈ, ਯੁਵਾਓਂ ਕੇ ਪਾਸ ਕੋਈ ਰਸਤਾ ਨਹੀਂ ਹੈ। ਸਰਕਾਰ ਨੇ ਯੁਵਾਓਂ ਕੋ ਰੁਜ਼ਗਾਰ ਦੇਣੇ ਕੇ ਲੀਏ ਸਾਧਨ ਉਪਲਬਧ ਕਰਵਾਉਣੇ ਚਾਹੀਏ, ਯੁਵਾਓਂ ਕੀ ਤਰਫ ਧਿਆਨ ਦੇਣਾ ਚਾਹੀਏ ਔਰ ਜੋ ਤਾਨਾਸ਼ਾਹੀ ਦੇਸ਼ ਕੇ ਅੰਦਰ ਚੱਲ ਰਹੀ ਹੈ ਉਸ ਪਰ ਅੰਕੁਸ਼ ਲਗਾਉਣੇ ਕਾ ਕਾਮ ਕੀਆ ਕਰਨਾ ਚਾਹੀਏ ਔਰ ਜੋ ਕਿਸਾਨ ਮਜ਼ਦੂਰ ਅੰਦੋਲਨਰਤ ਹੈ ਇਨਕੀ ਸਮੱਸਿਆਓਂ ਕੋ ਇਨਕੀ ਮਾਂਗੋਂ ਕਾ ਨਿਦਾਨ ਕਰਨਾ ਚਾਹੀਏ। MSP ਸੰਯੁਕਤ ਕਿਸਾਨ ਮੋਰਚਾ ਨੇ 13 ਮਹੀਨੇ ਅੰਦੋਲਨ ਲੜਿਆ, ਕਾਲੇ ਕਾਨੂੰਨ ਤੋਂ ਵਾਪਸ ਕਰਵਾ ਲਏ, ਲੇਕਿਨ ਉਨਕੀ ਜੋ ਅਧੂਰੇ ਮਾਂਗੇ ਥੀ MSP ਪਰ ਆਜ ਤੱਕ ਵੀ ਕਾਨੂੰਨ ਨਹੀਂ ਬਣਿਆ। MSP ਪਰ ਫਸਲ ਖਰੀਦ ਕਾ ਸਰਕਾਰ ਨੇ ਕਾਨੂੰਨ ਬਣਾਉਣਾ ਚਾਹੀਏ, ਲੇਬਰ ਕੋਡ ਹੈ ਜੋ ਉਨਕੋ ਨਿਰਸਤ ਕਰਨੇ ਕਾ ਕਾਮ ਕਰਨਾ ਚਾਹੀਏ, ਜੋ ਅੱਛੀ ਚੀਜ਼ ਅੱਛੀ ਨੀਤੀ ਬਣਾਉਣੀ ਚਾਹੀਏ ਸਰਕਾਰ ਨੇ। ਅਜਾ ਜੀ ਇੱਕ ਮਿੰਟ, ਨੀਲਮ ਨੇ ਇਹ ਵੀ ਕਹਾ ਭਾਈ ਮੈਂ ਕਿਸੀ ਸੰਗਠਨ ਸੇ ਵੀ ਨਹੀਂ ਹੂੰ, ਮੈਂ ਕਿਸੀ ਰਾਜਨੀਤਿਕ ਪਾਰਟੀ ਸੇ ਵੀ ਨਹੀਂ ਹੂੰ, ਲੇਕਿਨ ਕਿਸਾਨ ਅੰਦੋਲਨ ਮੈਂ ਸ਼ਾਇਦ ਨੀਲਮ ਦੇਖੀ ਹੈ।
बिल्कुल वो किसी संगठन से नहीं जुड़ी है ना किसी राजनीतिक पार्टी से जुड़ी है। वो मैंने बताया कि हमारा धरना एक साल से चल रहा है, हमारे धरने को भी कभी कभार समर्थन देने आती थी और खटखट टोल पे भी वो समर्थन देना देती थी, क्योंकि खटखट टोल भी मेरे नेतृत्व में चला था। तो उसके बाद जो हमारी महिला खिलाड़ियों का आंदोलन चला उसमें भी उसने जंतर मंतर पर अपनी भागीदारी दिखाई थी। वो अम्बेडकरवादी विचारों की लड़की है, खुले विचारों की लड़की है, आजाद विचारों की लड़की है, पढ़ी लिखी है, जेंटल है, लेकिन बेरोजगारी से त्रस्त है। तो इस प्रकार की धारा लगाना क्या सरकार के लिए सही है? किसान आंदोलन के दौरान भी हमारे पर तरह तरह के मुकदमे दर्ज किए गए थे, हमें आतंकवादी खालिस्तानी बोला गया था। लेकिन के कह रहे हैं नीलम का परिवार था, आप मिले होंगे, परिवार के कह रहे हैं उसको? परिवार भी यही कह रहा कि हमारी बेटी संस्कारी है, ठीक है, वो इशार पढ़ने के लिए भेजी थी, हमें नहीं पता भाई वो दिल्ली कैसे गई, कुकर गई, वो तो नीलम ही बता सकती है। दो दिन पहले शायद ये भी कह रहे कि नीलम घर आई थी। हाँ, नीलम आई होगी क्योंकि हम परिवार से मिले थे, लेकिन नीलम का जो रिकॉर्ड है बेहद साफ सुथरा है, वो जेंटल और पढ़ी लिखी है, SBC समाज से वो संबंध रखती है, कुम्हारों की लड़की है। सरकार तो ये भी कहती थी कि ये तो सिर्फ हरियाणा पंजाब के लोग हैं, आंदोलन में भी कहती थी, खालिस्तानी भी बताती थी हमें, माओवादी भी बताती थी, लेकिन वो आंदोलन भी पूरे देश का था। जब भी इस प्रकार की धाराएं लगाई थी, हम सरकार से फिर कहना चाहते हैं कि इस प्रकार की धारा नहीं लगानी चाहिए, युवाओं की बात सुननी चाहिए, रोजगार का प्रबंध करना चाहिए, तानाशाही पर अंकुश लगाना चाहिए, और जो किसान मजदूर अपनी मांगों को अपनी समस्याओं को लेकर आंदोलन रहते हैं इनकी बातें सुननी चाहिए। एक साल से तो हम बैठे हैं लेकिन हरियाणा सरकार हमारी नहीं सुन रही। हमारी मांग है कि डाइकलाइड सिर्फ जाया दिया जाए, जिससे 36 गांवों को फायदा होगा, उसका पानी थुआ हेड में और सुदकना हेड में डाला जाए और गुरकुलखेड़ा को इंडस्ट्री बनाया जाए, यहाँ पर खेल स्टेडियम बने, यहाँ पर सरकारी कॉलेज बने, यहाँ पर रेलवे का पुल बने, यहाँ पर कोई पार्क बने। तो इन्हीं मांगों को लेकर एक साल से धरना पे बैठे, हमारी सुनाई नहीं करी। तो संयुक्त किसान मोर्चा भी आज आंदोलनरत है, समय समय पर MSP की मांग कर रहा है, MSP पर कानून चाहता है, तो क्यों नहीं बात सुन रही? आपने एक बयान दिया कल मीडिया में कि भाई अगर नीलमगिरी आई नहीं हुई तो जो संयुक्त किसान मोर्चा है वो कुछ बड़ा कदम उठाओगा, उस पर राकेश टिकैत का बयान आया है कि संयुक्त किसान मोर्चा तो नीलम का कोई लेना देना नहीं है। हो सकता राकेश टिकैत जी उसको नहीं जानते, लेकिन जैसे हमने बताया कि हमारे आंदोलन को समर्थन देने आई थी, हमारा भी फर्ज बनता, हमने भी देखा उसका। उन्होंने एक बात कही कि जिस तरीके से उन जो पटाखा फोड़ा है भाई, वो गैस वाला रंगीन गैस वाला जो भी रंगीन धुम्मा का जो पटाखा फोड़ा, कि हम उसके पक्ष में नहीं, हम तो गांधीवादी विचारधारा भाई, सुख शांति आंदोलन। बिल्कुल हमने गांधीवादी तरीके से आंदोलन लड़ा है और जीत भी हासिल की है, लेकिन इस प्रकार की धाराएं, संगीन धाराएं, UAP का केस लगाना, वो भी जो बाहर से प्रोटेस्ट कर रही है शांतिपूर्वक तरीके से, उसने तो कोई इस प्रकार की हरकत भी नहीं करी नीलम ने तो, लेकिन फिर भी इस प्रकार की धारा लगाना कहाँ न्याय उचित है? ये तो जो अंदर घुसे हैं वो सुरक्षा एजेंसियों पर भी तो प्रश्न चिन्ह लगाते हैं, उनकी भी तो जिम्मेवारी थी भाई, जब चिड़ियाँ भी पर नहीं मार सकती संसद में, और वो लोग अंदर कैसे घुस गए और एक सांसद का पास ले गए है, तो उस जाँच तो होनी चाहिए उसकी भी, लेकिन ये सभी जांच का विषय है। लेकिन हम कहना चाहते हैं कि जो नीलम बेटी ने जो आवाज़ उठाई है, जो उसकी वीडियो वायरल हुई है, उसकी आवाज़ का हम भरपूर समर्थन करते हैं। संयुक्त किसान मोर्चा उचियाणा समर्थन करता है, और आज हमने संयुक्त किसान मोर्चा उचियाणा जींद के आसपास के लोगों की मीटिंग भी बुलाई है, जिसमें आगामी हम रणनीति बनाने का काम करेंगे। चलो आजाद जी, धन्यवाद। धन्यवाद जय जवान भाई। आजाद पलू अपने साथ थे, जो संयुक्त किसान मोर्चा यानी उचियाणा उपमंडल में लगातार जो है भाई अपना धरना लगा रहे हैं, और नीलम की रिहाई की लगातार मांग करने जान लग रही है, आवाज़ उठाए जान लग रही है। आपका के कुछ मानना है, आपने अपने विचार जरूर देने एक सभ्य कमेंट के माध्यम से। वीडियो ज़्यादा से ज़्यादा शेयर करनी है। जय जवान जय किसान।